ਸਾਰਿਆਂ ਨੂੰ ਬੇਨਤੀ ਕਰਦਾ ਆਪਣੀ ਜ਼ਿੰਦਗੀ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰ ਕਰਨਾ ਤੇ ਸ਼ੁਕਰਾਨਾ ਕਰਨਾ ਸਿੱਖ ਜਾਈਏ, ਰਜਾ 'ਚ ਰਹਿਣਾ ਸਿੱਖ ਜਾਈਏ। ਅੱਜ ਤੱਕ ਤੁਹਾਨੂੰ ਜੋ ਨਹੀਂ ਮਿਲਿਆ ਤੁਸੀਂ ਤੁਹਾਡੀ ਸੋਚ ਤੋਂ ਪਰੇ ਹੋ ਜਾਊਗਾ, ਮਾਰੇ ਤੁਹਾਨੂੰ ਕੀ ਦੇ। ਕੋਈ ਸ਼ਬਦ ਹੈ ਨਹੀਂ ਆਪਣੇ ਕੋਲ ਜਿਹੜਾ ਆਪਾਂ ਅਰਦਾਸ ਫਿਲਮ ਬਾਰੇ ਬੋਲੀਏ, ਐਡੇ ਵੱਡੇ ਪੱਧਰ ਤੇ ਔਰ ਐਡੇ ਵੱਡੇ ਤਰੀਕੇ ਨਾਲ ਇੰਨੇ ਸੋਹਣੇ ਕਿਰਦਾਰ ਘੜੇ ਨੇ। ਗੁਰੂ ਗ੍ਰੀਨ ਵਾਲ ਸੱਚੇ ਪਾਤਸ਼ਾਹ ਜੀ ਦੀ ਮਿਹਰ ਨਾਲ ਜੈਸਮੀਨ ਅਖਤਰ ਇਹ ਵੀ ਫਿਲਮ ਦੇਖਣ ਆਇਆ, ਇਹਨਾਂ ਦੇ ਵੀ ਅੱਖਾਂ ਨਾਮ ਨੇ ਦੇਖੋ। ਜਦੋਂ ਤੇਰਾ ਪੁੱਤ ਨਾ ਤੇਰੇ ਸਾਰ ਲੈਣ ਆਇਆ ਤੇ ਧੀ ਤੇਰੀ ਸਾਰ ਲੈਣ ਆਊਗੀ। ਜਿਹੜਾ ਬੰਦਾ ਅੱਜ ਇਕੱਲਾ ਆਇਆ ਤੇ ਅਗਲੀ ਵਾਰ ਆਪਦੀ ਫੈਮਿਲੀ ਨੂੰ ਲੈ ਕੇ ਆਊਗਾ। ਹਰ ਮਹੀਨੇ ਇੱਕ ਫਿਲਮ ਏਦਾਂ ਦੀ ਆਉਣੀ ਚਾਹੀਦੀ ਆ। ਮਤਲਬ ਸਮਾਂ ਰੁਕ ਗਿਆ ਸੀ ਜਦੋਂ ਆਪਣਾ ਅਰਦਾਸ ਹੋਈ ਆ, ਹਨਾ, ਜਕਾਰੇ ਛੱਡੇ ਨੇ, ਸਾਰੀ ਸੰਗਤ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਬੀਬੀ ਗਰੇਵਾਲ ਸਾਹਿਬ ਨੂੰ ਮੈਂ ਤਾਂ ਇਹ ਕਹਿ ਕੇ ਆਇਆ ਵੀ ਤੁਹਾਨੂੰ ਮਹਾਰਾਜ ਸਾਹਿਬ ਕਲਗੀਧਰ ਸੱਚੇ ਪਾਤਸ਼ਾਹ ਨੇ ਆਪ ਹੀ ਸੱਦਿਆ ਸੀ, ਆਪੇ ਫਿਲਮ ਬਣਾਈ ਆ ਉਹਨਾਂ ਨੇ। ਸਤਿਗੁਰ ਦੇ ਇੰਨੇ ਨੇੜੇ ਨੇ ਕਿ ਜਿਹੜੀ ਇਹਨਾਂ ਨੇ ਅਰਦਾਸ ਕੀਤੀ ਆ, ਮੈਂ ਕਹਿੰਦੀ ਅਸੀਂ ਉਹਦੇ ਤੇ ਰੋਏ ਆ। ਪ੍ਰੀਮੀਅਰ ਤੇ ਮੌਜੂਦਾ ਅਰਦਾਸ ਸਰਬੱਤ ਦੇ ਭਲੇ ਦੀ ਗੁਲਾਬ ਸਿੰਘ ਹੋਰਾਂ ਜੀ ਮੌਜੂਦ ਨੇ, ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਨੇ? ਬਹੁਤ ਕਿਰਪਾ ਭੈਣ ਜੀ। ਹਾਂਜੀ, ਅਰਦਾਸ ਸਰਬੱਤ ਦੇ ਭਲੇ ਦੀ ਵੇਖੀ ਹੈ, ਕੀ ਕਹਿਣਾ ਚਾਹੋਗੇ ਉਸ ਫਿਲਮ ਦੇ ਲਈ? ਪਹਿਲੇ ਤਾਂ ਬਹੁਤ ਇਮੋਸ਼ਨਲ ਹੈ, ਸਾਰਿਆਂ ਨੂੰ ਬਹੁਤ ਪਸੰਦ ਆ। ਹਾਂਜੀ ਭੈਣ ਜੀ, ਕੋਈ ਸ਼ਬਦ ਹੈ ਨਹੀਂ ਆਪਣੇ ਕੋਲ ਜਿਹੜਾ ਆਪਾਂ ਅਰਦਾਸ ਫਿਲਮ ਬਾਰੇ ਬੋਲੀਏ, ਐਡੇ ਵੱਡੇ ਪੱਧਰ ਤੇ ਔਰ ਐਡੇ ਵੱਡੇ ਤਰੀਕੇ ਨਾਲ ਇੰਨੇ ਸੋਹਣੇ ਕਿਰਦਾਰ ਘੜੇ ਨੇ। ਜਦੋਂ ਬੰਦਾ ਇਸ ਫਿਲਮ ਨੂੰ ਦੇਖਦਾ ਹੈ, ਕੀ ਹਾਲ ਹੈ ਭੈਣ? ਠੀਕ ਠਾਕ ਹੋ? ਮਤਾ ਠੀਕ ਹੈ, ਚੜ੍ਹਦੀ ਕਲਾ ਹੋਰ ਠੀਕ ਠਾਕ ਹੋ ਆਪ ਜੀ? ਤੁਸੀਂ ਦੇਖੋ ਕਿੰਨੀਆਂ ਮਾਣਯੋਗ ਸ਼ਖਸੀਅਤਾਂ ਸਾਡੀ ਭੈਣ ਸਤਿਗੁਰੂ ਗ੍ਰੀਨ ਵਾਲ ਸੱਚੇ ਪਾਤਸ਼ਾਹ ਜੀ ਦੀ ਮਿਹਰ ਨਾਲ ਜੈਸਮੀਨ ਅਖਤਰ ਇਹ ਵੀ ਫਿਲਮ ਦੇਖਣ ਆਇਆ, ਇਹਨਾਂ ਦੇ ਵੀ ਅੱਖਾਂ ਨਾਮ ਨੇ ਦੇਖੋ, ਹਨਾ। ਸੋ ਉਹ ਜਦੋਂ ਕਹਿੰਦੇ ਆ ਨਾ ਫਿਲਮ ਵਿੱਚ ਵੀ ਜਦੋਂ ਤੇਰਾ ਪੁੱਤ ਨਾ ਤੇਰੇ ਸਾਰ ਲੈਣ ਆਇਆ ਤੇ ਧੀ ਤੇਰੀ ਸਾਰ ਲੈਣ ਆਊਗੀ, ਹਨਾ, ਤੇ ਬਹੁਤ ਵੱਡੇ ਮੈਸੇਜ ਜਿਹੜੇ ਫਿਲਮ ਵਿੱਚ ਦਿੱਤੇ ਗਏ ਆ। ਜਿਹੜਾ ਬੰਦਾ ਅੱਜ ਇਕੱਲਾ ਆਇਆ ਤੇ ਅਗਲੀ ਵਾਰ ਆਪਦੀ ਫੈਮਿਲੀ ਨੂੰ ਲੈ ਕੇ ਆਊਗਾ, ਹਨਾ, ਕਹਿਣ ਦੀ ਲੋੜ ਨਹੀਂ ਪੈਣੀ, ਅਸੀਂ ਤਾਂ ਕਹਿਣਾ ਵੀ ਨਹੀਂ। ਤੇ ਸਾਰੀ ਸੰਗਤ ਨੂੰ ਬੇਨਤੀ ਆ, ਇਦਾਂ ਦੀਆਂ ਫਿਲਮਾਂ ਮੈਂ ਅੱਗੇ ਵੀ ਬੋਲ ਕੇ ਹਟਿਆ ਹੁਣ ਵੀ ਬੋਲਦਾ ਵੀ ਸਾਲ ਵਿੱਚ ਨਹੀਂ, ਹਰ ਮਹੀਨੇ ਇੱਕ ਫਿਲਮ ਇਦਾਂ ਦੀ ਆਉਣੀ ਚਾਹੀਦੀ ਆ, ਤਾਂ ਜੋ ਸਾਡੇ ਵਰਗੇ ਜਿਹੜੇ ਬੰਦੇ ਆ ਉਹਨਾਂ ਵਾਸਤੇ ਇਹ ਜਿਹੜੀਆਂ ਫਿਲਮਾਂ ਨੇ ਜਾਂ ਆਮ ਜਿਹੜੀ ਜਨਤਾ ਇਹ ਫਿਲਮਾਂ ਚਾਨਣ ਮਨਾ ਰਹੇ ਨੇ ਉਹਨਾਂ ਵਾਸਤੇ। ਅੱਛਾ, ਅਰਦਾਸ ਅੱਜ ਸਿਨੇਮਾ ਘਰਾਂ ਦੇ ਵਿੱਚ ਹੋਈ ਆ, ਸਰਬੱਤ ਦੇ ਭਲੇ ਦੀ, ਸਭ ਨੇ ਉੱਠ ਕੇ ਖੜੇ ਹੋ ਗਏ, ਸਾਰੇ ਸਿਰ ਟਕਿਆ, ਹਨਾ, ਉਹ ਮੂਵਮੈਂਟ ਦੇ ਲਈ, ਉਹ ਜਿਹੜੀ ਸਿਨੇਮਾ ਘਰਾਂ ਦੇ ਵਿੱਚ ਵੀ ਮੂਵਮੈਂਟ ਬਣ ਗਈ ਉਹਦੇ ਲਈ। ਭੈਣ ਜੀ ਦੇਖੋ, ਇਹ ਦੂਜੀ ਵਾਰ ਹੋਇਆ ਸਿਨੇਮਾ ਘਰਾਂ 'ਚ। ਪਹਿਲੀ ਵਾਰ ਸੀਗਾ ਜਦੋਂ ਆਪਣਾ ਮਸਤਾਨੇ ਫਿਲਮ ਆਈ ਸੀਗੀ, ਲੋਕੀ ਉਦੋਂ ਅਰਦਾਸ 'ਚ ਉੱਠੇ ਸੀਗੇ, ਤੇ ਅੱਜ ਇਹ ਦੂਸਰੀ ਵਾਰ ਹੋਇਆ। ਤੁਸੀਂ ਦੇਖੋ, ਇੱਕ ਵਾਰੀ ਮਤਲਬ ਸਮਾਂ ਰੁਕ ਗਿਆ ਸੀ ਜਦੋਂ ਆਪਣਾ ਅਰਦਾਸ ਹੋਈ ਆ, ਹਨਾ, ਜਕਾਰੇ ਛੱਡੇ ਨੇ, ਸਾਰੀ ਸੰਗਤ ਨੇ ਖੁਸ਼ੀ ਦਾ ਇਜ਼ਹਾਰ ਕੀਤਾ, ਤੇ ਬਹੁਤ ਵੱਡੇ ਪੱਧਰ ਤੇ, ਬੜਾ ਮਨ ਨੂੰ ਸਕੂਨ ਵੀ ਆ। ਐਸੀਆਂ ਫਿਲਮਾਂ ਆਉਣੀਆਂ ਵੀ ਚਾਹੀਦੀਆਂ ਨੇ। ਗਿੱਪੀ ਗਰੇਵਾਲ ਸਾਹਿਬ ਨੂੰ ਮੈਂ ਤਾਂ ਇਹ ਕਹਿ ਕੇ ਆਇਆ ਵੀ ਤੁਹਾਨੂੰ ਮਹਾਰਾਜ ਸਾਹਿਬ ਕਲਗੀਧਰ ਸੱਚੇ ਪਾਤਸ਼ਾਹ ਨੇ ਆਪ ਹੀ ਸੱਦਿਆ ਸੀ, ਆਪੇ ਫਿਲਮ ਬਣਾਈ ਆ ਉਹਨਾਂ ਨੇ। ਜਦੋਂ ਮਹਾਰਾਜ ਸਾਹਿਬ ਨੇ ਕੋਈ ਵੱਡਾ ਸੁਨੇਹਾ ਲੋਕਾਂ ਨੂੰ ਦੇਣਾ ਹੁੰਦਾ ਤਾਂ ਸਾਡੇ ਵਰਗੇ ਮੂਰਖਾਂ ਨੂੰ ਮਹਾਰਾਜ ਵਰਤ ਲੈਂਦੇ ਆ। ਮੈਂ ਕਹਿਣਾ ਚਾਹੂੰਗੀ, ਇਹ ਸਤਿਗੁਰ ਦੇ ਇੰਨੇ ਨੇੜੇ ਨੇ ਕਿ ਜਿਹੜੀ ਇਹਨਾਂ ਨੇ ਅਰਦਾਸ ਕੀਤੀ ਆ, ਮੈਂ ਕਹਿੰਦੀ ਅਸੀਂ ਉਹਦੇ ਤੇ ਰੋਏ ਆ। ਸਾਡਾ ਮਤਲਬ ਇਦਾਂ ਹੋ ਗਿਆ ਕਿ ਮੇਲ ਜੋਲ ਜਿੱਦਾਂ ਬਿਲਕੁਲ ਨੇੜੇ ਤੁਸੀਂ ਲੈ ਗਏ ਵੀਰ ਜੀ, ਬਹੁਤ ਸੋਹਣੀ ਅਰਦਾਸ। ਇਹ ਤੁਹਾਡਾ ਪਿਆਰ ਆ ਕਿਉਂਕਿ ਇਹ ਸੋਹਣੇ ਸਰੋਤੇ ਨੇ, ਸੋਹਣੇ ਗਾਉਂਦੇ ਆ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਣੀ ਜ਼ਿੰਦਗੀ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰ ਕਰਨਾ ਤੇ ਸ਼ੁਕਰਾਨਾ ਕਰਨਾ ਸਿੱਖ ਜਾਈਏ, ਰਜਾ 'ਚ ਰਹਿਣਾ ਸਿੱਖ ਜਾਈਏ। ਅੱਜ ਤੱਕ ਤੁਹਾਨੂੰ ਜੋ ਨਹੀਂ ਮਿਲਿਆ ਤੁਸੀਂ ਤੁਹਾਡੀ ਸੋਚ ਤੋਂ ਪਰੇ ਹੋ ਜਾਊਗਾ, ਮਹਾਰਾਜ ਤੁਹਾਨੂੰ ਕੀ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।